ਗੁੱਡ ਮਾਰਨਿੰਗ ਗਾਇਸ ਹੈਲੋ ਕੀ ਹਾਲ ਹੈ ਜੀ ਸਾਰਿਆਂ ਦੇ ਸੋ ਗਾਇਸ ਅੱਜ ਆਪਣੇ ਸਾਡਾ ਤੀਜਾ ਦਿਨ ਆ ਤੇ ਇੰਜੋਏ ਕਰ ਰਹੇ ਆ ਬਾਹਰ ਬੈਠੇ ਆ ਤੀਜਾ ਕੱਲ ਦੂਜਾ ਸੀ ਮੰਡੇ ਸੁਬਾਹ ਸੀ ਸੰਡੇ ਆਏ ਸੀ ਯਾਦ ਹੀ ਨਹੀਂ ਕਰਵਾਇਆ ਸੀ ਸੋ ਗਾਇਸ ਅਸੀਂ ਬੈਠੇ ਆ ਮਤਲਬ ਇਹ ਬੈਠੇ ਨੇ ਨਜ਼ਾਰੇ ਲੈ ਰਹੇ ਨੇ ਵਿਊ ਦੇਖ ਰਹੇ ਨੇ घर है घर ही बड़ा सोहना है ग्रीनरी बहुत आ रही है ना टली भी आते चलो भाई नाल हो जाओ हम ऐसे तैयार तैयार होने हैं ना भी आज के दिन लिए आजी भाई तुम कमाल करते हो वैसे है ना बंदे से रहा हूँ सो गए साहब बाथरूम का किसी को नहीं पता सी पूरे वीपी बाथरूम आ और अर्धा पर्दा लग्या हुआ सीगा सारे सारी वॉलती असी क्या भी घर चिक्के वॉशरूम आ एक ऐ तो छोटा जहा भी है बट जसकीर ने अच्छ सवेरे देखे कहना उरे भी एक वॉशरूम आ सो गाइस पहले ये चाह बनाई थी इन्हें असी ने उदा ही कहता जो बिस्कुट डुबो के खा ले बिना ब्रश किए हम दोबारा चाह बना रहे थोक वाली चाह पी के थोक वाली चाह पी के अद्धे घंटे तो पहला पीजा दिखा दो तेन आपकी फोटो आप कमेंट कर आपकी फोटो पा के आप हाथ कड़े कर दोनों भी सिरा ला रखे है दस देना भी हाँ भाई मैं वही सीमेंट हुआ जरा केले जा पीता हूं तू मान तू मान बबे बंदा सीमेंट हुआ आपकी फोटो से आप कमेंट कर दो सवेरे केले ना चाह पीना चलिए भाई हूं टाइम हो गया तेरी टाइम बड़ा हो गया बाबे एक बज गया जब कि दो बजे तक बस आते कड़ता फ्री इना तो गाइस असीं बाहर निकल लगे बहुत ज्यादा तेज मीह आ गया यार असीं डबल डेकर बस भी बुक कराई हुई थी मीह बहुत पै रहा सो असीं उबर कैच कर लगे हाँ क्योंकि बस च वैसे भी असीं लेट हो जाना सीगा ते मैं जशन नवी ते आ कौन पता नहीं कौन आ भाई तू कौन आ भाई मैं आ थोड़ी तन पत्नी हुण असीं बिग बस च पहुंच गए ते हुण इत्थों असीं सिटी दा व्यू देखदे हां ते जिहड़ियां मेन प्लेसिस ने ओह सारियां घुमाऊगी बिग बस मजा आऊगा इधर जनता चलो बई चलिए फिर चलो भाई हेडफोन ला लो पता लगता रहो कितने पहुंच गए कुछ भी हो जाए चाहे कुछ मर्जी हो जाए बारे तुरोंगे बारे महावीर भाई उच्चा वाला कोई ना महावीर
ਬੱਸ ਤੋਂ ਆ ਗਏ ਸੀਗੇ, ਬੜਾ ਨਜ਼ਾਰਾ ਆਇਆ ਬੱਸ 'ਤੇ, ਅਤੇ ਹੁਣ ਅਸੀਂ ਪੀਣ ਲੱਗਿਆ ਕਾਫੀ, ਕਿਉਂਕਿ ਸਵੇਰ ਦਾ ਅਸੀਂ ਨੇ ਬਹੁਤ ਕੁਛ ਖਾਧਾ ਪੀਤਾ, ਇਹ ਨਹੀਂ ਕਹਿ ਸਕਦੇ ਕੁਛ ਨਹੀਂ ਖਾਧਾ ਪੀਤਾ। ਸੋ ਹੁਣ ਅਸੀਂ ਆਏ ਹਾਂ ਸਟਾਰਬਕਸ, ਉਰੇ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਨੇ, ਬਹੁਤ ਪਿਆਰੀਆਂ ਪਿਆਰੀਆਂ ਸਟਾਰਬਕਸ ਦੀ ਵੀ ਬਹੁਤ ਸੋਹਣੀ ਬਿਲਡਿੰਗ ਆ, ਉਰੇ ਬਹੁਤ ਸੋਹਣੀ ਲਾਈਟਿੰਗ ਜੀ ਹੋਈ ਹੋਈ ਆ ਉਰੇ। ਗਾਇਸ ਹੁਣ ਆਪਾਂ ਆ ਗਏ ਜੀ ਸਟਾਰਬਕਸ, ਅਤੇ ਇੱਥੋਂ ਪੀਂਦੇ ਹਾਂ ਕੌਫੀ। ਭਾਈ ਬਹਿ ਬਹਿ ਫੋਟੋ ਲੈਂਦੇ ਨੇ, ਇਹ ਪੱਕਾ ਫੋਟੋਗ੍ਰਾਫਰ ਆ ਤਕੜਾ। ਸੋ ਗਾਇਸ ਫੂਡ ਆ ਗਿਆ ਅਤੇ ਹਲਕ ਗਏ, ਫੂਡ ਦੇਖ ਕੇ ਹਲਕੇ ਜਾਂਦੇ ਆ ਸਾਰੇ। ਆਹ ਭਾਜੀ ਨੇ ਪਹਿਲਾਂ ਬਨਾਨਾ ਬ੍ਰੈਡ ਮੰਗਿਆ ਨਹੀਂ, ਜਦੋਂ ਸਾਰਾ ਸਮਾਨ ਆ ਗਿਆ ਭਾਜੀ ਕਹਿੰਦੇ ਬਨਾਨਾ ਬ੍ਰੈਡ ਖਾਣਾ। ਸੋ ਗਾਇਸ ਅਸੀਂ ਨੇ ਕੌਫੀ ਵਗੈਰਾ ਪੀ ਲਈ ਸਟਾਰਬਕਸ ਤੋਂ, ਅਤੇ ਹੁਣ ਅਸੀਂ ਚੱਲੇ ਹਾਂ ਸ਼ੋਪਿੰਗ ਸੈਂਟਰ, ਜਿਹੜੀ ਕਿ ਗਿੰਨੂ ਦੀ ਫੇਵਰੇਟ ਪਲੇਸ ਆ। ਸੋ ਹੁਣ ਅਸੀਂ ਸਾਰੇ ਚੱਲੇ ਸ਼ੋਪਿੰਗ ਸੈਂਟਰ। ਆਹ ਆ ਗਈ ਗਾਇਸ ਜਨਤਾ ਫੇਰ, ਹੈਂ ਤੂੰ ਜਨਤਾ ਦੀ, ਤੂੰ ਕੱਪੜਿਆਂ ਦਾ ਸ਼ਿਕਾਰੀ ਨਹੀਂ ਹੈਗਾ, ਇਹੀ ਨੇ ਹਨਾ। ਤੂੰ ਕਿੱਥੇ ਜਾਣਾ ਚਾਹੁੰਦਾ ਜਸ਼ਨ? ਕਿਸੇ ਨੂੰ ਪਤਾ ਵਾਸਤਾ ਨੀ, ਉਹ ਸਾਡਾ ਲੀਡਰ ਆ, ਕੈਪਟਨ ਉਹ ਜਾਂਦੇ ਆ ਕੈਪਟਨ ਸਾਹਿਬ। ਕਿਸੇ ਨੂੰ ਕੁਝ ਨਹੀਂ ਪਤਾ ਵੀ ਕਿੱਥੇ ਜਾਣਾ, ਕਿਵੇਂ ਜਾਣਾ ਹੈਗਾ, ਬਸ ਇੱਕ ਦੂਜੇ ਦੇ ਮਗਰ ਤੁਰੀ ਜਾਂਦੇ ਆ। ਉਹ ਸਾਡਾ ਕੈਪਟਨ ਜਾਂਦਾ, ਉਹ ਮਗਰ ਵਾਈਸ ਕੈਪਟਨ ਆ। ਉਹ ਦੇਖੋ ਪਹਿਲਾਂ ਦੋ ਲਿਫਟਾਂ ਉੱਤੇ ਜਾਏ, ਹੁਣ ਦੋ ਲਿਫਟਾਂ ਥੱਲੇ ਜਾਣਾ। ਚਲੋ ਸਿਡਨੀ ਟਾਵਰ ਪੰਜਵੇਂ ਦੇ, ਚਲੋ ਹੁਣ ਭਾਜੀ ਦੋ ਉੱਤੇ ਜਾਏ, ਹੁਣ ਦੋ ਥੱਲੇ, ਹੈ ਫਿਰ ਦੋ ਥੱਲੇ ਆ ਗਏ, ਹੁਣ ਇੱਕ ਉੱਤੇ ਜਾਣਾ ਕਿ ਦੋ? ਇੱਕ ਉੱਤੇ ਜਾਣਾ। ਵਾਹ 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 ਕੈਪਟਨ ਜੀ, ਚਲੋ ਮੂਰੇ। ਮੈਂ ਥੋੜੀ ਆ ਕੈਪਟਨ ਦਾ ਹੀ ਆ, ਤੁਸੀਂ ਚੱਲ ਵਾਈਸ ਕੈਪਟਨ ਉਹ ਆ? ਨਹੀਂ ਨਹੀਂ ਭਾਜੀ, ਜਿਹੜੇ ਕੈਪਟਨ ਹੁੰਦਾ ਜਿਹੜਾ ਮੂਰੇ ਚੱਲ ਰਿਹਾ ਹੋਵੇ ਸਭ ਤੋਂ। ਅੱਛਾ ਉਹ ਕੈਪਟਨ ਬਣ ਜਾਂਦਾ? ਹਾਂਜੀ। ਫਿਰ ਹੁਣ ਕੌਣ? ਉਹੀ ਲੀਡ ਕਰਦਾ। ਹੁਣ ਕੌਣ? ਹੁਣ ਸ਼ੈਲੀ ਜੀ ਨੇ, ਬਸ ਫਿਰ ਉੱਧਰ ਕਰ ਲੀਡ ਕਰਾ। ਸਾਹਿਲ ਪ੍ਰੀਤ ਜੀ, ਪ੍ਰੀਤ ਨਹੀਂ ਉਹ ਦੀਪ, ਸਾਹਿਲ ਦੀਪ ਜੀ ਹੈਗਾ ਤਾਂ ਸਾਹਿਲ ਜੀ ਆ। ਪਹਿਲਾਂ ਮੂੰਹ ਸਜਾਈ ਬੈਠਾ ਸੀ, ਕਹਿੰਦਾ ਮੈਂ ਤਾਂ ਮਿਊਜ਼ੀਅਮ ਜਾਣਾ ਜਾਂ ਜੂ ਲੈ ਕੇ ਜਾਓ ਜਾਂ ਸਕਾਈ ਟਾਵਰ ਲੈ ਕੇ ਜਾਓ। ਹੁਣ ਜਦੋਂ ਸਕਾਈ ਟਾਵਰ 'ਤੇ ਆ ਗਏ, ਹੁਣ ਬੜਕਦਾ, ਆਹ ਦੇਖੋ ਹੁਣ ਦੇਖੀ ਬੋਲੂ ਕਰੂਗਾ, ਹੁਣ ਖੁਸ਼ ਹੋਇਆ ਫਿਰਦਾ ਵੀ ਲੈ ਕੇ ਜਾ ਰਹੇ ਨੇ, ਉਹ ਮੱਕੜਿਆ ਫਿਰਦਾ। ਹਜੇ ਤਾਂ ਕਹਿੰਦੇ ਮੈਨੂੰ ਬ੍ਰਿਜ 'ਤੇ ਲੈ ਕੇ ਜਾਓ ਉੱਪਰ ਕਲਾਈਮ ਕਰਨਾ। ਇਹ ਸਾਡਾ $31 ਦੀ ਟਿਕਟ ਆ, ਹੁਣ ਕੱਲੀ ਓਬਜ਼ਰਵੇਸ਼ਨ ਆ, 100 ਵਾਲੀ ਕਰਾਉਣੀ ਦੀ ਬਾਬੇ ਉਹ ਮਿਲੀ ਨਹੀਂ ਹੈਗੀ, ਉਹ ਬੁੱਕਡ ਆ, ਫੁੱਲ ਉਹ ਬੁੱਕਡ ਆ। ਕਹਿੰਦੇ ਤੁਸੀਂ 30 ਡੇਜ਼ ਦੇ ਵਿੱਚ ਕਦੋਂ ਮਰਜ਼ੀ ਆ ਸਕਦੇ ਹੋ, ਪਰ ਕੱਲ੍ਹ ਨੂੰ ਤਾਂ ਜਾਣਾ, ਪਰ ਅਸੀਂ ਕੱਲ੍ਹ ਨੂੰ ਜਾਣਾ ਗਾ, ਘਰ ਵੀ ਛੱਡਣਾ ਕੱਲ੍ਹ ਨੂੰ, ਹੋ ਨਹੀਂ ਸਕਦਾ, ਹੋ ਨਹੀਂ ਸਕਦਾ, ਪੋਸੀਬਲ ਨਹੀਂ ਹੈਗਾ। ਬੈਡ ਲੱਕ, ਸਾਡਾ ਪੂਰਾ ਮਨ ਸੀ ਵੀ ਅਸੀਂ ਅੱਜ $100 ਲਾ ਹੀ ਦੇਣਾ ਗਾ, ਸਾਰਿਆਂ ਨੇ ਜਾਣਾ ਗਾ, ਸਕਾਈ ਵਾਕ ਕਰਾਂਗੇ ਨਾਲ। ਇਹਦੇ ਮੈਡਮ ਤੋਂ ਸਾਥ ਦੇ ਵਿੱਚ ਐਂਟਰੀ ਸੀਗੀ, ਸੀ ਲਾਈਫ ਸੀ ਇਹਦੇ ਵਿੱਚ, ਇੱਕ ਵਾਈਲਡ ਲਾਈਫ ਵੀ ਸੀ ਅਤੇ ਸਕਾਈ ਵਾਕ ਸੀ, ਪਰ ਬੈਡ ਲੱਕ। ਹੁਣ ਅਸੀਂ ਆਏ ਹਾਂ ਸਿਡਨੀ ਸਕਾਈ ਟਾਵਰ, ਆਹ ਦੇਖੀ ਦਰਸ਼ਨ ਕਰਦਾ ਓਏ ਉਸਤਾਦ, ਉਸਤਾਦ ਜੀ ਦਿਖਦਾ ਇੱਥੇ ਕੁਛ ਹੈ? ਤੂੰ ਛੱਡ ਦੇ ਯਾਰ, ਕੋਈ ਹੋਰ ਵੀ ਦੇਖ ਲੂਗਾ, ਅਸੀਂ ਘੁੰਮ ਕੇ ਵੀ ਆ ਗਏ ਸਾਰਾ, ਫੋਟੋ ਫੋਟੋ ਖਿੱਚ ਲਓ। ਪਹਿਲਾਂ ਪਤਾ ਕਿਵੇਂ ਦੇਖ ਰਹੇ ਸੀ, ਭਾਜੀ ਆ ਕੀ ਕਰੀਏ ਨਾ, ਉਹ ਬੰਦੂਕ ਥੋੜੀ ਇਹ ਲਪੇਟੀ ਜਾਂਦਾ, ਜਸਕੀਰਤ ਲਪੇਟੀ ਜਾਂਦਾ, ਉਹ ਚੱਕਾ ਜਿਹਾ ਮਾਰੀ ਨੂੰ ਮਾੜਾ ਜਿਹਾ।
ਸਵਾਦ ਬਾਬੇ ਸਵਾਦ ਉੱਥੇ ਮੇਰੇ ਵਰਗੇ ਦਾ ਹਾਰਟ ਅਟੈਕ ਹੋ ਜੇ ਤੈਨੂੰ ਸਵਾਦ ਨਹੀਂ ਕਹਿੰਦਾ ਸਵਾਦ ਆ ਉੱਥੇ ਮੇਰੇ ਵਰਗੇ ਦਾ ਹਾਰਟ ਅਟੈਕ ਹੋ ਜੇ ਸਵਾਦ ਜਿਹਨੂੰ ਹਾਈਟ ਤੋਂ ਹੁੰਦਾ ਨਾ ਹੁੰਦਾ ਹੀ ਆ ਉੱਪਰ ਜਾ ਉੱਪਰ ਜਸ਼ਨ ਸਾਈਡ ਤੇ ਮਾੜਾ ਜਾਣ ਕੱਲਾ ਜਾ ਮਾੜਾ ਧੱਕਾ ਮਾਰ ਦਿਓ ਮਾੜਾ ਧੱਕਾ ਮਾਰ ਦਿਓ ਉਸਤਾਦ ਬਹਿ ਜਾਓ ਜਿਵੇਂ ਕਹਿੰਦੇ ਨੇ ਉਹ ਵੈਸੇ ਬਾਹਲਾ ਡਰਦੇ ਨੇ ਦੋਵੇਂ ਜਾਣੇ ਇੱਕ ਦੂਜੇ ਹੱਥ ਫੜ ਕੇ ਆਏ ਨੇ ਬਾਕੀ ਸਾਰੇ ਸ਼ੋਪਿੰਗ ਸੈਂਟਰ ਦੇ ਅੰਦਰ ਹੀ ਨੇ ਅਤੇ ਅਸੀਂ ਦੋਨੋਂ ਬਾਹਰ ਬਾਹਰ ਆਏ ਹਾਂ ਐਕਚੁਲੀ ਸਾਨੂੰ ਕਿਸੇ ਨੇ ਮਿਲਣ ਆਉਣਾ ਉਰੇ ਅਤੇ ਅਸੀਂ ਉਹਨੂੰ ਮਿਲਣ ਵਾਸਤੇ ਖੜ੍ਹੇ ਹਾਂ ਐਂਡ ਮੈਂ ਕਿਨੂੰ ਨੂੰ ਅੱਗੇ ਪੁੱਛਿਆ ਮੈਂ ਕਿਨੂੰ ਤੂੰ ਸ਼ੋਪਿੰਗ ਤਾਂ ਨਹੀਂ ਕੀਤੀ ਇਹ ਕਹਿੰਦੀ ਨਹੀਂ ਕੀਤੀ ਬਟ ਬੈਗ 'ਚ ਭਰਿਆ ਹੋਇਆ ਸੀਗਾ ਸਮਾਨ ਮੈਂ ਤੂੰ ਕਿਹਾ ਸੀ ਇੱਕ ਵਾਰੀ ਨਹੀਂ ਕੀਤੀ ਬਾਕੀ ਬੰਦੇ ਗੁੰਮ ਗਏ ਤੇ ਅਸੀਂ ਉਹਨਾਂ ਨੂੰ ਫੋਨ ਕਰ ਕਰ ਲੱਭ ਰਹੇ ਹਾਂ ਤੇ ਪੂਰੇ ਬੈਠੇ ਹਾਂ ਬਾਹਰੇ ਕਿਤੇ ਸਾਨੂੰ ਲੱਭ ਨਹੀਂ ਰਹੇ ਫੋਨ ਕਰਕੇ ਲੱਭ ਰਹੇ ਹੁਣ ਮਿਲੋ ਬਾਈ ਜੀ ਨੂੰ ਬਾਈ ਜੀ ਆਪ ਫੋਟੋ ਪਾ ਕੇ ਆਪ ਕਮੈਂਟ ਕਰਦੇ ਨੇ ਉਹ ਬੈਠਦਾ ਜਾ ਮਾਮਾ ਦਿਲ ਬਣਾ ਕੇ ਉੱਤੇ ਹੱਥ ਵੀ ਖੜੇ ਕਰਦਾ ਵੀ ਸਿਰਾਂ ਲਾਤਾ ਭਾਜੀ ਜਸ਼ਨ ਦੀ ਟ੍ਰੇਨ ਛੁੱਟ ਗਈ ਤੇ ਹੁਣ ਤਿੰਨੋਂ ਬਾਹਰ ਜਾ ਰਹੇ ਨੇ ਤੇ ਅਸੀਂ ਹੁਣ ਜਾ ਰਹੇ ਹਾਂ ਖਾਣ ਪੀਣ ਭੁੱਖ ਲੱਗੀ ਹੋਈ ਇਹਨਾਂ ਦੇ ਮੂੰਹ ਦੇਖੋ ਵਿਚਾਰਿਆਂ ਦੇ ਮੂੰਹ ਦੇਖੋ ਵਿਚਾਰਿਆਂ ਦੇ ਸਾਡੇ ਨਾਲ ਦੇ ਸਾਰੇ ਵਗ ਗਏ ਗੇਟ ਬੰਦ ਹੋਣ ਲੱਗੂਗਾ ਜਿਵੇਂ ਹੱਥ ਦੇ ਕੇ ਖੋਲੂਗਾ ਉਹਦੀ ਟ੍ਰੇਨ ਦੀ ਟਾਕੀ ਜੀ ਜੋ ਵੀ ਆ ਟ੍ਰੇਨ ਦਾ ਡੋਰ ਜਿਵੇਂ ਮੈਲਬਨ ਚ ਹੁੰਦਾ ਨਾ ਵੀ ਹੱਥ ਜਦੋਂ ਉੱਥੇ ਸੈਂਸਰ ਲੱਗਿਆ ਹੁੰਦਾ ਆਪਣੇ ਆਪ ਖੁੱਲ੍ਹ ਜਾਂਦਾ ਸਿਡਨੀ ਵਾਲੀ ਖੁੱਲ੍ਹੀ ਨਹੀਂ ਹੈਗੀ ਟ੍ਰੇਨ ਫਿਰ ਅਗਲੀ ਟ੍ਰੇਨ ਲੈ ਕੇ ਆਇਆ ਹੁਣ 20 ਮਿੰਟਾਂ ਨੂੰ ਟ੍ਰੇਨ ਆ ਸਾਰੇ ਗਾਲਾਂ ਕੱਢ ਰਿਹਾ ਬਾਬੇ ਤੈਨੂੰ ਉੱਤੇ ਸੌਣ ਲੱਗੀ ਮੇਰਾ ਤੇਰਾ ਹੈ ਨਹੀਂ ਸੀ ਪਰ ਗਲਤ ਇੱਥੇ ਗਲਤ ਸੀ ਉਹ ਤਾਂ ਹੋ ਗਈ ਨਾ ਬਾਬੇ ਗੱਲ ਗਲਤ ਚੱਲ ਗੱਲ ਗਲਤ ਸੀ ਬਾਈ ਹਾਂ ਫਿਰ ਕਿਉਂ ਕਰਦਾ ਹੁੰਦਾ ਇਹ ਚੀਜ਼ਾਂ ਬਾਬੇ ਨੂੰ ਕਰਦਾ ਮੈਂ ਤਾਂ ਸੀ ਨਾ ਮੈਂ ਅੱਗੇ ਖੁੱਲ੍ਹ ਜੂ ਵਾਲੀਆਂ ਚੌੜਾਂ ਕਰਦਾ ਬਾਬੇ ਨੂੰ ਨਹੀਂ ਬਾਬੇ ਨੂੰ ਆਏ ਖੁੱਲ੍ਹ ਜੂ ਪਰ ਖੁੱਲ੍ਹੀ ਨਹੀਂ ਹੋਣੀ ਕੀ ਕਰੀਏ ਸੋ ਗਾਇਸ ਹੁਣ ਅਸੀਂ ਨੇ ਬਾਕੀ ਸਾਰੇ ਭੇਜੇ ਨੇ ਵੀ ਹਨਾ ਤੁਸੀਂ ਵਗ ਜਾਓ ਅਸੀਂ ਉਹਨੂੰ ਲੈ ਕੇ ਆਉਣੇ ਆ ਸੋ ਗਾਇਸ ਬਾਲੀ ਵੇਟ ਆ ਯਾਰ ਬਾਬੇ ਝਟਕਾ ਜਿੱਦਾਂ ਬਾਲੀ ਜ਼ਿਆਦੇ ਵੇਟ ਆ ਬਾਲੀ ਜ਼ਿਆਦੇ ਕਦੋਂ ਦੇ ਵੇਟ ਕਰੀ ਜਾਂਦੇ ਆ ਆਹ ਦੇਖੋ ਹੱਲੇ ਹੀ ਪਾ ਰੱਖਿਆ ਹੱਲੇ ਹੀ ਪਾ ਰੱਖਿਆ ਜਨਤਾ ਨੇ ਗਾਇਸ ਇੱਥੇ ਭੁਚਾਲ ਪਿਆ ਪਿਆ ਉਹ ਸਮਾਨ ਲੈ ਕੇ ਆਈ ਜਾਂਦੇ ਆ ਰਾਈਸ ਕਿਵੇਂ ਆ ਮੈਂ ਤਾਂ ਇਡਲੀ ਮੰਗਵਾਈ ਸੀ ਬਿਰਯਾਨੀ ਆ ਇਹ
समझ नहीं आ रहा की छड़ी की खाइए। रोटी खा के आ गया, देखो कि लेटे पे ने दो जने, उधर लेटे पे डिगे टहने पे ने। साहिल साहिल शेर ही बी शेर जशन ऐदा ही प्यारी जंगा बस आऊगी चढ़दा नहीं सवेरे ठाल के ला जांगे घबराहट होंदी आ। गंद पा रखे कमरे च नवीन कहना दो जने बहुत लड़ते ने ठंड लगन लगी बंद कर दो तीजे दिन इथे कल वापस उट भी करना।